गुलचर भाई अज तेरा ताड़ा दोवां भरावां दा मुकाबला हैगा ना ओ ऐ हैगा कि तुहानूं ना दुनिया दी जिहड़ी सब तों तेज़ तरीन मिर्च हैगी है ना उहदी चिप्स खवानी है। अच्छा जी बात नहीं समझ मैं कोई करला घटो लगदी है। अच्छा जी तेज़ तरीन दुनिया दी मर्जी दी ओए होए ओ एक चिप्स दा पीस तुसीं खाणा है ਉਹ ਖਾ ਕੇ ਤੇ ਫਿਰ ਤੁਹਾਡੇ ਅੱਗੇ ਦੁੱਧ ਰੱਖ ਦਿੰਦਾ ਤੇ ਤੁਹਾਡੇ ਚੋਂ ਜਿੱਤੇਗਾ ਉਹ ਜਿਹੜਾ ਦੁੱਧ ਬਾਅਦ ਚੋਂ ਪੀਏਗਾ ਜਾਂ ਦੁੱਧ ਬਾਅਦ ਹੀ ਪੀਏਗਾ ਜਿਹਨੇ ਪਹਿਲੇ ਦੁੱਧ ਫੜ ਕੇ ਛੇਤੀ ਨਾਲ ਪੀ ਲਿਆ ਉਹ ਹਾਰ ਗਿਆ ਓਏ ਯਾਨੀ ਕਿ ਬਰਦਾਸ਼ਤ ਕਰਨਾ ਤੁਸੀਂ ਇਹ ਪੁੱਠੇ ਪੰਗਾ ਪਾ ਲਿਆ। ਅੱਛਾ ਜੀ ਲਿਆਓ ਜਨਾਬ ਬਿਸਮਿਲਲਾ ਕਰੋ ਤੇ ਜਿਹੜਾ ਜਿੱਤੇਗਾ ਉਹਨੂੰ ਮੈਡਲ ਦਿੱਤਾ ਜਾਏਗਾ। ਅੱਛਾ ਜੀ ਇਹ ਸ਼ੁਕਰ ਦਾ ਮੈਡਲ पीस खाना वाकई मिर्चा तेज ने। ओहो ये मुकानी है के बाद दी फोरे की विच। हाँ जी वाकई चीता भी कह दी ਬਰਦਾਸ਼ ਕਰਨਾ ਜੀ ਕਿੰਨਾ ਕੁ ਬਰਦਾਸ਼ ਹੋ ਜਾਏਗਾ ਜਨਾਬ ਉਹ ਤੁਹਾਡੀ ਹਿੰਮਤ ਹੈ ਤੁਸੀਂ ਇਹਦਾ ਤਾਂ ਵੱਧਦਾ ਜਾ ਰਿਹਾ ਕੰਮ ਮੇਰੇ ਅੱਖਾਂ ਪਾਣੀ ਆਉਣਾ ਸ਼ੁਰੂ ਹੋ ਗਿਆ ਇਹ ਮਿਰਚਾਂ ਹੋਵੇ ਨਾ ਜਿਵੇਂ ਪਹਿਲਾਂ ਅਸੀਂ ਖਾਧੀ ਸੀ ਚੀਜ਼ ਉਹਦੇ ਨਾਲ ਫਿਰ ਤੇਜ਼ ਨੇ ਤੁਸੀਂ ਆਪੇ ਕਹੋਗੇ ਦੁੱਧ ਪੀਓਗੇ ਜਾਂ ਅਸੀਂ ਆਪੇ ਮੰਗਾਂਗੇ ਤੁਸੀਂ ਅਗਰ ਮੰਗ ਲਓਗੇ ਤੇ ਹਾਰ ਜਾਓਗੇ ਓਏ ਇਹ ਵੀ ਗੱਲ ਸਹੀ ਜਿਹਨੇ ਕਿ ਟਾਈਮ ਟੇਬਲ ਰੱਖਿਆ ਇਹਦਾ ਤੁਹਾਡੇ ਦੋਵਾਂ ਚੋਂ ਜਿਹਨੇ ਪਹਿਲੇ ਦੁੱਧ ਪੀ ਲਿਆ ਉਹ ਹਾਰ ਜਾਏਗਾ। ਅੱਛਾ ਓਹੋ ਹੋ ਤਾਂ ਪਾਣੀ ਆਉਣਾ ਸ਼ੁਰੂ ਹੋ ਗਿਆ ਅੱਖਾਂ ਚੋਂ ਦੁੱਧ ਵੀ ਮਿੱਠਾ ਕਿ ਦੁੱਧ ਵੀ ਸਾਰ ਮਿਰਚਾਂ ਵਾਲਾ ਹੈਗਾ ਦੁੱਧ ਮਿੱਠਾ ਅੱਛਾ ਅੱਛਾ ਦੁੱਧ ਮਿੱਠਾ ਫਿਰ ਠੀਕ ਹੈ ਹੁਣ ਬਰਦਾਸ਼ਤ ਕਰੀਏ ਮੇਰੇ ਅੱਖਾਂ ਪਾਣੀ ਆਉਣਾ ਸ਼ੁਰੂ ਹੋ ਗਿਆ ਅੱਖਾਂ ਤਾਂ ਕਹਿ ਲੋ ਹੋ ਰਿਹਾ ਐਟਮ ਵੀ ਐਸੀ ਹੈ ਨਾ ਜਨਾਬ ਜ਼ਬਰਦਸਤ ਬਰਦਾਸ਼ਤ ਕਰਨਾ ਪਏਗਾ। ਮੈਡਲ ਕਿੰਨੇ ਕੁ ਦਾ ਹੈਗਾ ਜਨਾਬ ਮੈਡਲ ਇਸੇ ਡੱਬੇ ਚੋਂ ਨਿਕਲਿਆ ਇਹ ਮੈਡਲ ਇਹ ਕੀ ਹੈ ਇਹ ਨਾਮ ਹੈਗਾ ਜੀ ਇਹਦਾ। ਅੱਛਾ ਜੀ ਨਾਮ ਵੇਟ ਮੋਰ ਲੱਗੀ ਅੱਛਾ ਜ਼ਬਰਦਸਤ ਇਜਾਜ਼ਤ ਹੈ ਤੁਸੀਂ ਪਹਿਲੇ ਚੁੱਕ ਲਿਆ ਇਜਾਜ਼ਤ ਹੈ ਸਾਡੀ ਤਰਫੋਂ ਨਹੀਂ ਜਿੰਨੀ ਦੇਰ ਤੁਸੀਂ ਬ੍ਰੇਕ ਲਾ ਕੇ ਬੈਠਾ ਰਵਾਂਗੇ ਐਸੀ ਗੱਲ ਨਹੀਂ ਉਹ ਤੁਸੀਂ ਆਪਸ ਵਿੱਚ ਡਿਸਾਈਡ ਕਰਨਾ ਤੁਹਾਡੇ ਦੋਵਾਂ ਭਰਾਵਾਂ ਦਾ ਮੁਕਾਬਲਾ ਨਾ ਜਿਹੜਾ ਜਿਹੜਾ ਜਿੱਤਣਾ ਚਾਹ ਰਿਹਾ ਉਹ ਬਾਅਦ ਵਿੱਚ ਪੀ ਲੈ ਜਿਹੜਾ ਹਾਰਨਾ ਚਾਹ ਰਿਹਾ ਉਹ ਪਹਿਲੇ ਪੀ ਲੈ ਅਸੀਂ ਹਾਰ ਜਾਂਦੇ ਇਹ ਕਿਹੜੀ ਗੱਲ ਹੈ ਹਾਰਨਾ ਜਿੱਤਣਾ ਮੁਕੱਦਰ ਦੀ ਗੱਲ ਹੁੰਦੀ ਹੈ ਹਾਰਨਾ ਵੀ ਭਲਵਾਨ ਦਾ ਕੰਮ ਹੈ ਫਟਾਫਟ ਪੀ ਲੈ ਫਿਰ ਮੈਚ ਸ਼ੁਰੂ ਕਰਾਂ ਨਹੀਂ ਕੋਈ ਗੱਲ ਨਹੀਂ ਵਾਹ ਲਿਆਓ ਜੀ ਹੁਣ ਸਾਨੂੰ ਵੀ ਹੁਣ ਤਾਂ ਪੀ ਸਕਦਾ ਜੀ ਨਾਮ ਹੈ ਪੀ ਲਓ ਹੁਣ ਤੁਸੀਂ ਜਿੱਤ ਗਏ ਜੇ ਪਾਣੀ ਘੜਾ ਦਾ ਖਾ ਲਓ ਜਦੋਂ ਜੀ ਗੰਜੀ ਗੜੀ ਨੂੰ ਅੱਗ ਨਹੀਂ ਲੱਗ ਜਾਂਦੀ ਜੇ ਨਾਲ ਜਾਂ ਪਾਣੀ ਜਾ ਪੈਂਦਾ ਆਸੇ ਆਸੇ ਸਕੂਨ ਹੋ ਗਿਆ
ਕਿਹਸਾ ਲੱਗਾ ਫਿਰ ਅੱਜ ਦਾ ਮੁਕਾਬਲਾ? ਕਿਆ ਬਹੁਤ ਅੱਛਾ ਜੀ, ਹੋਈ ਹੋਈ ਜ਼ਬਰਦਸਤ। ਇੰਨੀ ਤੇਜ਼ ਮਿਰਚ ਪਹਿਲੇ ਕਦੀ ਖਾਧੀ ਤੁਸੀਂ? ਅਸੀਂ ਮਤਲਬ ਜਦੋਂ ਉਹ ਚਾਲੂ ਹੈ ਗਿਆ ਕਿਉਂਕਿ ਤੁਸੀਂ ਮਤਲਬ ਇਹ ਖਵਾਉਂਦੇ ਆ ਜੀ, ਹੁਣ 2 ਘੰਟੇ ਦਾ ਅੱਜ ਕਸਰ ਲੈ ਅਤੇ 3 ਘੰਟੇ ਸੁਬਹਾ ਲੈ ਜੀ। ਨਹੀਂ ਅਸੀਂ ਖਾਂਦੇ ਵੀ ਰਹੇ, ਅਸੀਂ ਗੱਲ ਕੋਈ ਨਹੀਂ ਕਿ ਨਹੀਂ ਖਾਧੀ, ਅਸੀਂ ਆਪਣੇ ਪਿੰਡਾਂ ਥਾਵਾਂ 'ਤੇ ਸ਼ੁਰੂ ਤੋਂ ਇਸਤੇਮਾਲ ਕਰਦੇ ਰਹੇ, ਅੱਲਾ ਸ਼ੁਕਰ ਅਲਹਮਦੁਲਿਲਾ। ਅੱਛਾ ਜੀ, ਦੁੱਧ ਅਸੀਂ ਪੀ ਦਿੱਤਾ ਨਾ, ਅਸੀਂ ਜਿੱਤ ਵੀ ਗਏ, ਮੈਡਲ ਜਿੱਤਿਆ ਸੀ। ਜ਼ਬਰਦਸਤ, ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਜ਼ਰੂਰ ਜਾ ਕਰੋ, ਫੀ ਜਮਾ ਲਾ ਸਾਡੇ ਚੈਨਲ ਨੂੰ ਜਨਾਬ, ਓਕੇ ਕਰੋ, ਬੜੀ ਮਿਹਰਬਾਨੀ, ਅੱਲਾ ਹਾਫਿਜ਼।